हाँ जी दोस्तों, की हाल चाल सारे का। स्वागत है सारे का अपने चैनल मुझे आर पी बी सी वाली दे। उम्मीद कर रहा सारे ठीक ठाक हो गए। आप चढ़ती कला चा सो जी अपना अज की वीडियो हो जा रही है, जिस तरह कि तुम्हें सारे पता अपनी एक सीरीज चल रही है प्रोज एंड कॉन्स ऑफ ईच प्रोविंस की। ठीक है, तो अज आप अल्बर्टा कवर करा। तो अल्बर्टा कवर करवाने लाप एक गैसट न सदते हैं जिन्हों का नाम आ पूरा नाम आ उन्हों का रियल नेम आ संदीप, तो उन्हों का चैनल है सैंडी टॉक्स कैनेडा। ठीक है, सो चैनल का लिंक डिस्क्रिप्शन में जाके सबसक्राइब जरूर करो। अल्बर्टा तो अंटारीओ के रिगार्डिंग उत्थे वीडियोस पैंदे रहिंदे, क्योंकि पहला अल्बर्टा से हुण अंटारीओ मूव कर गया। तो उन्हां जिहड़े तुसीं जे तुसीं इनवैसटिंग जां फाइनैंस के रिगार्डिंग कोई TFSA की हुंदा वा, RSP की हुंदा वा, है ना, ये टैक्सिंग सिस्टम कितना चलता कैनेडा, जे तुसीं इहदे रिगार्डिंग इनफॉर्मेशन लैनी आ उहदियां वीडियोज़ भी दीदी के चैनल पर हैगियां, तुसीं उह वी जाके देख सकदे जे। ठीक आ, सो बाकी गल्लां करदे आपां वीडियो दे दौरान। तो जे तुसीं अल्बर्टा मूव करन दी सोच रहे, जे तुसीं भावें पर PR आना वा, वर्क परमिट ते आना वा, जां तुसीं एज अ इंटरनेशनल स्टूडेंट आना वा अल्बर्टा जिहदे विच शहर एडमंटन ते कैलगरी। ठीक है, जे तुसीं इत्थे आना वा तो वीडियो नूं एंड तक जरूर देखो, तो तुहानूं सारा दसांगे उत्थे रहिण दे फायदे की आ ते नुकसान की आ। आओ जी आपां मिलदे हां हुण अगे दीदी दे नाल। ਸਤਿਕਾਲ ਜੀ ਤੇ ਸਾਡਾ ਸਾਡੇ ਚੈਨਲ ਮਝਿਆਲ PBC ਵਾਲੇ ਚੈਨਲ ਤੇ ਬੜਾ ਬੜਾ ਸਵਾਗਤ ਆ। ਤੇ ਅੱਜ ਆਪਾਂ ਜੇ ਆਪਣੇ ਦੀਦੀ ਆ, ਇਹਨਾਂ ਦਾ ਨਾਮ ਆ ਪੂਰਾ ਸੰਦੀਪ, ਤੇ ਇਹਨਾਂ ਦਾ ਚੈਨਲ ਆ ਇੱਥੇ ਯੂਟਿਊਬ ਤੇ ਸੈਂਡੀ ਟਾਕਸ ਕੈਨੇਡਾ, ਤੇ ਉੱਥੇ ਓਨਟਾਰੀਓ ਤੇ ਅਲਬਰਟਾ ਦੇ ਰਿਗਾਰਡਿੰਗ ਵੀਡੀਓਸ ਪਾਉਂਦੇ ਰਹਿੰਦੇ ਆ। ਤੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਸੀਰੀਜ਼ ਸਟਾਰਟ ਕੀਤੀ ਸੀ ਇੱਕ, ਵੀ ਆਪਾਂ ਹਰ ਇੱਕ ਪ੍ਰੋਵਿੰਸ ਦੇ ਪ੍ਰੋਜ਼ ਐਂਡ ਕੌਨਸ ਕਵਰ ਕਰ ਰਹੇ ਹਾਂ। ਸੋ ਓਨਟਾਰੀਓ ਕਵਰ ਹੋ ਗਿਆ, ਆਪਣਾ ਕਿਊਬਿਕ ਕਵਰ ਹੋ ਗਿਆ, ਉਸ ਤੋਂ ਬਾਅਦ ਅਟਲਾਂਟਿਕ ਕੈਨੇਡਾ ਮੈਂ ਸਭ ਤੋਂ ਪਹਿਲਾਂ ਕਵਰ ਕਰਤਾ ਸੀ, ਤੇ ਹੁਣ ਆਪਾਂ ਅਲਬਰਟਾ ਤੇ ਜਾਣਕਾਰੀ ਲਵਾਂਗੇ ਵੀ ਉੱਥੇ ਅਲਬਰਟਾ ਰਹਿਣ ਦੇ ਪ੍ਰੋਜ਼ ਕੀ ਆ, ਐਡਵਾਂਟੇਜਸ ਕੀ ਆ, ਤੇ ਜਿਹੜੇ ਨੁਕਸਾਨ ਕੀ ਆ, ਉੱਥੋਂ ਦੀ ਜਿਹੜੀ ਚੀਜ਼ਾਂ ਨਹੀਂ ਵਧੀਆ ਜਾਂ ਜਿਹੜੀਆਂ ਚੀਜ਼ਾਂ ਉੱਥੇ ਘੱਟ ਆ। ਸੋ ਹਾਂਜੀ ਦੀਦੀ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਪ੍ਰੋਜ਼ ਬਾਰੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਹਾਂਜੀ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਅਲਬਰਟਾ ਜਿਹੜੀ ਉੱਥੇ ਮੂਵ ਕਦੋਂ ਆਏ ਸੀ, ਤੁਸੀਂ ਐਜ਼ ਇੰਟਰਨੈਸ਼ਨਲ ਸਟੂਡੈਂਟ ਕਦੋਂ ਆਏ ਸੀ ਉੱਥੇ? ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ, ਮਜਾ LPBC ਵਾਲੀ ਚੈਨਲ ਦੇਖਦੇ ਆ ਜਿਹੜੇ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ 2017 ਚ ਆਈ ਸੀ ਐਜ਼ ਅ ਸਟੂਡੈਂਟ। ਮੈਂ ਅਲਬਰਟਾ ਦੇ ਵਿੱਚ ਹੀ ਆਈ ਸੀਗੀ, ਤੇ ਮੈਂ ਯੂਨੀਵਰਸਿਟੀ ਆਫ ਅਲਬਰਟਾ ਚ ਅਪਲਾਈ ਕੀਤਾ ਸੀ, ਉੱਥੋਂ ਮੈਂ ਮਾਸਟਰਸ ਕੀਤੀ ਆਪਣੀ ਸਟੱਡੀ, ਤੇ ਐਜ਼ ਅ ਸਟੂਡੈਂਟ ਮੈਂ ਉਸ ਪ੍ਰੋਵਿੰਸ ਚ ਆਈ ਸੀ। ਠੀਕ ਆ, ਤੇ ਜਦੋਂ ਤੁਸੀਂ ਉੱਥੇ ਐਜ਼ ਅ ਸਟੂਡੈਂਟ ਰਹੇ, ਤੁਹਾਨੂੰ ਉੱਥੇ ਰਹਿ ਕੇ ਕੀ ਲੱਗਾ ਵੀ ਜਿਹੜੇ ਜਿਹੜੇ ਸਟੂਡੈਂਟ ਉੱਥੇ ਮੂਵ ਹੋ ਰਹੇ ਆ, ਜਾਂ ਜਿਹੜੇ ਐਜ਼ ਅ ਡਾਇਰੈਕਟ PR ਆਉਂਦੇ, ਜਾਂ ਐਜ਼ ਅ ਡਾਇਰੈਕਟ ਵਰਕ ਪਰਮਿਟ, ਜਿਵੇਂ ਕੋਈ ਵੀ ਜਿਹੜਾ ਮਾਈਗ੍ਰੇਟ ਉੱਥੇ ਇਮੀਗ੍ਰੇਟ ਕਰਦਾ ਵਾ, ਸੋ ਉਹਨਾਂ ਨੂੰ ਉੱਥੇ ਰਹਿਣ 'ਚ ਕੀ ਕੀ ਐਡਵਾਂਟੇਜਸ ਹੋ ਸਕਦੇ, ਜਿਹੜੇ ਕਿ ਬਾਕੀ ਪ੍ਰੋਵਿੰਸ 'ਚ ਘੱਟ ਮਿਲਦੇ ਆ, ਜਾਂ ਉੱਥੇ ਦੀ ਜੋ ਕਹਿੰਦੇ ਆ ਵੀ ਖਾਸੀਅਤ ਆ ਉਸ ਪ੍ਰੋਵਿੰਸ ਦੀ? ਖਾਸੀਅਤ, ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਆਪਾਂ ਪ੍ਰੋਜ਼ ਕਵਰ ਕਰ ਲੈਂਦੇ ਹਾਂ। ਪ੍ਰੋਜ਼ ਦੇ ਵਿੱਚ ਅਲਬਰਟਾ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਆਉਂਦੀ ਹੈ ਕਿ ਇੱਥੇ ਟੈਕਸ ਘੱਟ ਆ, ਮਤਲਬ ਜਨਰਲ ਇੱਥੇ ਸਿਰਫ ਆਪਾਂ ਨੂੰ ਦੋ ਤਰ੍ਹਾਂ ਦੇ ਟੈਕਸ ਲੱਗਦੇ, ਜਿੱਦਾਂ ਪ੍ਰੋਵਿੰਸ ਦਾ ਵੀ ਲੱਗਦਾ ਹੁੰਦਾ ਤੇ ਆਪਾਂ ਨੂੰ ਫੈਡਰਲ ਵੀ ਲੱਗਦਾ। ਉੱਥੇ ਸਿਰਫ ਫੈਡਰਲ ਆ, ਤੁਹਾਨੂੰ ਟੈਕਸ ਸਿਰਫ 5% ਲੱਗਦਾ ਆ, ਤਾਂ ਟੈਕਸਿਸ ਘੱਟ ਨੇ, ਸਭ ਤੋਂ ਵੱਡਾ ਪ੍ਰੋ ਆ। ਇਸ ਚੀਜ਼ ਕਰਕੇ ਤੁਹਾਨੂੰ ਬਾਕੀ ਚੀਜ਼ਾਂ ਸਸਤੀਆਂ ਪੈ ਜਾਂਦੀਆਂ ਨੇ, ਜਿਵੇਂ ਕਿ ਲਿਵਿੰਗ ਐਕਸਪੈਂਸਿਸ ਆ, ਟਰਾਂਸਪੋਰਟੇਸ਼ਨ ਕਹਿ ਲਓ ਤੁਸੀਂ, ਜਾਂ ਫਿਰ ਰੂਮ ਰੈਂਟ ਕਹਿ ਲਓ। ਸਟੂਡੈਂਟਸ ਨੂੰ ਰੂਮ ਰੈਂਟ ਬਹੁਤ ਸਸਤੇ ਮਿਲ ਜਾਂਦੇ ਅਗਰ ਆਪਾਂ ਕੰਪੇਅਰ ਕਰਦੇ ਹਾਂ ਓਨਟਾਰੀਓ ਨਾਲ। ਓਨਟਾਰੀਓ ਮਹਿੰਗਾ ਆ, ਮਤਲਬ ਉੱਥੇ ਫੋਰ ਐਗਜ਼ਾਮਪਲ ਅਗਰ ਤੁਸੀਂ ਰੂਮ ਰੈਂਟ ਦੀ ਗੱਲ ਕਰਦੇ ਹੋ, ਤਾਂ ਤੁਹਾਨੂੰ ਉੱਥੇ $400 'ਚ ਸਿੰਗਲ ਰੂਮ ਮਿਲ ਜੂਗਾ, ਮਤਲਬ ਅਗਰ 2 bedroom ਅਪਾਰਟਮੈਂਟ ਹੈ ਜਾਂ ਇੱਦਾਂ, 400 'ਚ ਮਿਲ ਜੂਗਾ। ਐਂਡ ਦੈਨ ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਦੀ ਗੱਲ ਆ ਜਾਂਦੀ ਹੈ, ਤਾਂ ਉੱਥੇ ਕਾਫੀ ਆਪਸ਼ਨਸ ਨੇ ਸਟੂਡੈਂਟਸ ਨੂੰ। ਬੱਸ ਪਾਸ ਸਸਤੇ ਆ ਕੰਪੈਰੇਟਿਵਲੀ ਅਗਰ ਆਪਾਂ ਓਨਟਾਰੀਓ ਨਾਲ ਕੰਪੇਅਰ ਕਰੀਏ, ਕਿਉਂਕਿ ਮੈਨੂੰ ਇਹ ਦੋ ਪ੍ਰੋਵਿੰਸਿਸ ਦਾ ਜ਼ਿਆਦਾ ਪਤਾ ਹੈ ਕਿਉਂਕਿ ਮੈਂ ਹੁਣ ਓਨਟਾਰੀਓ 'ਚ ਹਾਂ। ਤੇ ਕਾਰਾਂ ਦੀ ਇੰਸ਼ੋਰੈਂਸ ਸਸਤੀ ਆ, ਇਹ ਇੱਕ ਪ੍ਰੋਜ਼ ਆ ਅਗਰ ਸਟੂਡੈਂਟਸ ਕਾਰ ਲੈਂਦੇ ਆ। ਗਰੋਸਰੀਜ਼ ਕੰਪੈਰੇਟਿਵਲੀ ਸਸਤੀਆਂ ਪੈ ਜਾਂਦੀਆਂ ਨੇ, ਉਹੀ ਜਿੱਦਾਂ ਟੈਕਸ ਵਗੈਰਾ ਦੀ ਆਪਾਂ ਗੱਲ ਕਰੀਏ, ਤਾਂ ਇਹ ਸਾਰੇ ਐਡਵਾਂਟੇਜ ਨੇ। ਆਲ ਇਨ ਆਲ ਆਪਾਂ ਕਹਿ ਸਕਦੇ ਹਾਂ ਕਿ ਅਲਬਰਟਾ ਅਫੋਰਡੇਬਲ ਆ ਐਜ਼ ਅ ਸਟੂਡੈਂਟ ਸਭ ਤੋਂ। ਹਾਂਜੀ, ਓਨਟਾਰੀਓ ਨਾਲੋਂ ਕਾਫੀ ਘੱਟ ਖਰਚੇ ਆ, ਜਿਵੇਂ ਟੈਕਸ ਸਿਰਫ ਇੱਥੇ 5% ਪੈਂਦਾ, ਜਿਹੜਾ ਆਪਾਂ ਨੂੰ ਪ੍ਰੋਵਿੰਸ਼ੀਅਲ ਟੈਕਸ ਉਹ ਨਹੀਂ ਪੈਂਦਾ। ਨਹੀਂ ਪੈਂਦਾ, ਉਹ ਜ਼ੀਰੋ ਹੈ। ਤੇ ਜਿੱਦਾਂ ਓਨਟਾਰੀਓ ਵਿੱਚ 13% ਹੋ ਜਾਂਦਾ ਨਾ ਟੋਟਲ, ਤੇ ਉਹ ਚੀਜ਼ ਬੈਸਟ ਆ, ਮਤਲਬ ਸਟੂਡੈਂਟਸ ਲਈ ਮੈਂ ਕਹੂੰਗੀ ਕਿ ਅਫੋਰਡੇਬਲ ਆ। ਸਟੂਡੈਂਟਸ ਨੂੰ ਸਭ ਤੋਂ ਪਹਿਲਾਂ ਇਹੀ ਹੁੰਦਾ ਕਿ ਅਗਰ ਤੁਸੀਂ ਕਿਸੇ ਅੱਛੇ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੇ ਹੋ, ਤਾਂ ਤੁਹਾਡੇ ਖਰਚੇ ਘੱਟ ਹੋਣ, ਕਿਉਂਕਿ ਤੁਸੀਂ ਲਿਮਿਟਡ ਟਾਈਮ ਕੰਮ ਕਰ ਸਕਦੇ ਹੋ, ਤੁਹਾਡੇ ਕੋਲ ਆਪਸ਼ਨਸ ਨਹੀਂ ਹੁੰਦੀਆਂ ਇੰਨਾ ਕਿ ਤੁਸੀਂ ਉਹ ਕੰਮ ਕਰ ਸਕੋ। ਮਤਲਬ ਜਿੱਦਾਂ ਆਪਾਂ ਨੂੰ ਇੱਧਰ ਏਜੰਸੀਜ਼ ਵਗੈਰਾ ਨੇ ਨਾ ਓਨਟਾਰੀਓ ਦੇ ਵਿੱਚ, ਉਹ ਅਲਬਰਟਾ 'ਚ ਨਹੀਂ ਹੈਗੀਆਂ,
ਇਹ ਕੌਨਸ ਆ ਜਾਂਦੇ ਨੇ ਫਿਰ ਕਿ ਇੱਥੇ ਏਜੰਸੀਜ਼ ਨਹੀਂ ਹੈਗੀਆਂ, ਜਿਵੇਂ ਉੱਥੇ ਇੰਨੀ ਏਜੰਸੀਜ਼ ਨੇ, ਤੁਹਾਡੇ ਕੋਲ ਜੌਬ ਦੀ ਆਪਸ਼ਨਸ ਬਹੁਤ ਜ਼ਿਆਦਾ ਨੇ ਕੰਪੈਰੇਟਿਵਲੀ ਅਲਬਰਟਾ 'ਚ, ਮੈਂ ਕਹੂੰਗੀ ਘੱਟ ਨੇ, ਬਟ ਏਦਾਂ ਨਹੀਂ ਕਿ ਜੌਬ ਮਿਲਦੀ ਨਹੀਂ ਹੈਗੀ, ਜੌਬਸ ਮਿਲ ਜਾਂਦੀਆਂ ਨੇ ਵਧੀਆ ਨੇ, ਬਟ ਏਜੰਸੀਜ਼ ਨਹੀਂ ਹੈਗੀਆਂ ਇੱਥੇ, ਮਤਲਬ ਏਜੰਸੀਜ਼ ਜੌਬ ਦਵਾਉਣ ਵਾਲੇ ਨੇ ਹੈਗਾ, ਆਪਾਂ ਨੂੰ ਆਪ ਫਿਰ ਤੁਰ ਕੇ ਲੱਗਣਾ। ਹਾਂਜੀ ਹਾਂ, ਉਦਾਂ ਨਹੀਂ ਹੈਗੀਆਂ ਕਿਉਂਕਿ ਓਨੀ ਜ਼ਿਆਦਾ ਉਹ ਨਹੀਂ ਹੈਗੀ ਜਿੱਦਾਂ ਉੱਧਰ, ਬਹੁਤ ਜ਼ਿਆਦਾ ਓਪਰਚੁਨਿਟੀਜ਼ ਨੇ, ਉਹ ਇੱਕ ਕੌਨ ਕਹਿ ਸਕਦੇ ਹਾਂ ਇਸ ਚੀਜ਼ ਦਾ ਕਿ ਏਜੰਸੀਜ਼ ਨਹੀਂ ਹੈਗੀਆਂ ਤੁਹਾਨੂੰ ਹੈਲਪ ਕਰਨ ਲਈ, ਤੁਹਾਨੂੰ ਆਪ ਅਪਲਾਈ ਕਰਨਾ ਪੈਣਾ ਸਾਰੇ ਕਿਤੇ। ਬਟ ਅਲਬਰਟਾ ਦੀ ਵੇਜ ਜ਼ਿਆਦਾ ਆ ਐਜ਼ ਕੰਪੇਅਰ ਟੂ ਅਦਰ ਪ੍ਰੋਵਿੰਸਿਸ, ਮਤਲਬ ਅਲਬਰਟਾ ਨੂੰ $15 $15 ਪਰ ਆਵਰ ਕਰੇ ਨੂੰ ਵੀ 2-3 ਸਾਲ ਹੋ ਗਏ। 2017 ਚ ਇਹਨਾਂ ਨੇ $15 ਕਰਤੀ ਸੀਗੀ, ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਸਟੂਡੈਂਟਸ ਲਈ ਕਿ ਵਧੀਆ ਅਰਨ ਕਰ ਲੈਂਦੇ ਆ। $15 ਮਿਨੀਮਮ ਵੇਜ ਬਹੁਤ ਵਧੀਆ ਗੱਲ ਹੈ, ਕਿਉਂਕਿ ਮੈਂ ਰਿਹਾ ਵਾਂ ਪਹਿਲਾਂ ਕਿਊਬੈਕ ਦੇ ਵਿੱਚ, ਤੇ ਉੱਥੇ ਜਦੋਂ ਮੈਂ 2019 ਦੇ ਵਿੱਚ ਆਇਆ ਸੀ ਉੱਥੇ ਮਿਨੀਮਮ ਵੇਜ ਸੀ $12.50। ਹਾਂਜੀ ਵੇਖੋ ਕਿੰਨਾ ਫਰਕ ਪੈਂਦਾ, ਵੱਧਦੇ ਵੱਧਦੇ ਤੇ ਮੈਂ ਮੈਕਸਿਮਮ ਵੇਜ ਮੈਂ ਉੱਥੇ $15 ਕੀਤੀ, $15 ਤੋਂ ਵੱਧ ਮੈਨੂੰ ਕਦੀ ਕਿਤੇ ਕੰਮ ਨਹੀਂ ਮਿਲਿਆ। ਆਈਫੋਨ ਹੀ ਲਾ ਲੋ, ਨਾਰਮਲ ਚੀਜ਼ਾਂ ਲੈਣੀਆਂ ਨੇ ਘਰ ਦੀਆਂ, ਜਿੱਦਾਂ ਤੁਸੀਂ ਨਾਟ ਜਸਟ ਸਟੂਡੈਂਟਸ ਹੈ ਨਾ, ਅਗਰ ਤੁਸੀਂ ਐਜ਼ ਅ ਪੀਆਰ ਆਉਂਦੇ ਹੋ ਤਾਂ ਤੁਸੀਂ ਘਰ ਫਰਨਿਸ਼ ਕਰਨ ਤੇ ਕਿੰਨਾ ਆਪਾਂ ਖਰਚਾ ਕਰਦੇ ਹਾਂ, ਰਾਈਟ, ਹਰ ਚੀਜ਼। ਅਗਰ ਤੁਸੀਂ ਕਿਤੇ 15% ਟੈਕਸ ਦੇ ਰਹੇ ਹੋ, 13% ਕਿਤੇ, ਤੁਸੀਂ ਸਿਰਫ 5% ਦੇ ਰਹੇ ਹੋ, ਬਹੁਤ ਫਰਕ ਪੈ ਜਾਂਦਾ ਇਹ ਚੀਜ਼ਾਂ ਤੋਂ, ਬਹੁਤ ਫਰਕ ਆ, ਕਿਉਂਕਿ ਅਟਲਾਂਟਿਕ ਕੈਨੇਡਾ ਦੇ ਵਿੱਚ 15% ਟੈਕਸ ਆ। ਹਾਂਜੀ ਬਹੁਤ ਜ਼ਿਆਦਾ, $1000 ਦੀ ਚੀਜ਼ ਲੈਣੀ ਮੈਨੂੰ ਉੱਤੇ $150 ਐਕਸਟਰਾ $150 ਦੇਣਾ ਪੈਂਦਾ, ਤੇ ਜਿਹੜਾ ਕਿ ਇੱਥੇ ਆਪਣੇ ਸਿਰਫ 50-60 ਦੀ ਸਰ ਜਾਂਦਾ ਹਨਾ, 5% ਹਾਂਜੀ ਹਾਂਜੀ ਸਿਰਫ 5%। ਹਾਂਜੀ ਹਾਂਜੀ ਇਹ ਚੀਜ਼ ਹੈ। ਤੇ ਹੋਰ ਇਹਦੇ ਪ੍ਰੋਸ ਚ ਇਹ ਆ ਜਾਂਦਾ ਕਿ ਮਤਲਬ ਇਹ ਵੈਸਟ ਕੋਸਟ ਤੇ ਹੈ, ਤਾਂ ਵੈਸਟ ਕੋਸਟ ਦੇ ਵਿੱਚ ਜਿੱਦਾਂ ਅਗਰ ਤੁਹਾਨੂੰ ਟਰੈਵਲਿੰਗ ਪਸੰਦ ਹੈ, ਤੁਸੀਂ ਮਤਲਬ ਜ਼ਿਆਦਾ, ਕਿਉਂਕਿ BC ਵੀ ਨੇੜੇ ਪੈ ਜਾਂਦਾ, ਇੱਥੇ ਬਹੁਤ ਹੀ ਵਧੀਆ ਵਧੀਆ ਪਲੇਸਿਸ ਨੇ, ਜਿੱਦਾਂ ਬੈਂਫ ਹੋ ਗਿਆ, ਜੈਸਪਰ ਹੋ ਗਿਆ, ਮਾਊਂਟੇਨਸ ਵਗੈਰਾ ਜੇ ਤੁਹਾਨੂੰ ਪਸੰਦ ਨੇ, ਤੁਹਾਨੂੰ ਟਰੈਕਿੰਗ ਕਰਨੀ ਪਸੰਦ ਆ, ਜਿੱਦਾਂ ਐਡਵੈਂਚਰਸ ਜਿਵੇਂ ਆਪਾਂ ਜਾਂਦੇ ਹੋ ਨਾ ਸ਼ਿਮਲੇ ਔਰ ਇਹ ਸਭ ਚੀਜ਼ਾਂ ਪਸੰਦ ਨੇ ਤੁਹਾਨੂੰ, ਤਾਂ ਇਹ ਓਦਾਂ ਦਾ ਏਰੀਆ ਉਸ ਸਾਈਡ 'ਚ। ਨੋ ਡਾਊਟ ਟੋਰਾਂਟੋ ਓਨਟਾਰੀਓ 'ਚ ਵੀ ਉਹ ਚੀਜ਼ਾਂ ਹੈਗੀਆਂ ਨੇ, ਬਟ ਇੱਧਰ ਥੋੜ੍ਹਾ ਵੈਸਟ ਕੋਸਟ 'ਚ ਮਾਊਂਟੇਨਸ ਵਗੈਰਾ ਆ ਜਾਂਦੇ ਨੇ, ਪੀਸਫੁਲ ਜੀ ਸਿਟੀ ਆ, ਬਹੁਤ ਜ਼ਿਆਦਾ ਰਸ਼ ਨਹੀਂ ਹੈਗਾ ਇੱਥੇ, ਮਤਲਬ ਜਿੱਦਾਂ ਕਹਿੰਦੇ ਨੇ ਕਿ ਆਪਾਂ ਟੋਰਾਂਟੋ ਆਉਂਦੇ ਹਾਂ ਬਹੁਤ ਭੀੜ ਭਾੜ ਜੀ ਲੱਗਦੀ ਆ, ਲੱਗਦਾ ਹੀ ਨਹੀਂ ਕਿ ਬਾਹਰ ਆਉਂਦੇ ਹਾਂ, ਟੂ ਬੀ ਵੈਰੀ ਫਰੈਂਕ ਹੈ ਨਾ। ਅਗਰ ਤੁਸੀਂ ਡਾਇਵਰਸਿਟੀ ਦੇਖਣਾ ਚਾਹੁੰਦੇ ਹੋ ਕਿ ਡਿਫਰੈਂਟ ਡਿਫਰੈਂਟ ਕਲਚਰਸ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਹੋ, ਡਿਫਰੈਂਟ ਲੋਕ ਕੀ ਉੱਥੇ, ਤਾਂ ਉਹ ਕਾਫੀ ਤੁਹਾਨੂੰ ਦੇਖਣ ਨੂੰ ਮਿਲੂਗਾ, ਮਤਲਬ ਮਿਕਸ ਐਂਡ ਮੈਚ ਜਿਹਾ ਦੇਖਣ ਨੂੰ ਮਿਲੂਗਾ। ਪਲੱਸ ਇੱਥੇ ਆਪਣੀ ਕਮਿਊਨਿਟੀ ਵੀ ਕਾਫੀ ਹੈ ਐਡਮਿੰਟਨ ਦੇ ਵਿੱਚ, ਇੱਥੇ ਮਤਲਬ ਗੁਰਦੁਆਰਾ ਸਾਹਿਬ ਨੇ, 3 ਗੁਰਦੁਆਰਾ ਸਾਹਿਬ ਨੇ ਆਪਣੇ, ਹੁਣ ਤਾਂ ਮੈਨੂੰ ਲੱਗਦਾ 4-5 ਹੋ ਗਏ, ਤਾਂ ਮਤਲਬ ਤੁਸੀਂ ਗੁਰਦੁਆਰੇ ਜਾਂਦੇ ਹੋ, ਮਤਲਬ ਜਿੱਦਾਂ ਮੈਂ ਦੱਸਾਂ ਤਾਂ ਓਟਵਾ ਦੇ ਵਿੱਚ ਸਿਰਫ 1 ਗੁਰਦੁਆਰਾ ਸਾਹਿਬ, ਉਹ ਮੇਰੇ ਘਰ ਤੋਂ ਬਹੁਤ ਦੂਰ ਪੈ ਜਾਂਦਾ, ਓਦਾਂ ਉੱਥੇ ਬਹੁਤ ਆਪਸ਼ਨ ਨੇ। ਗੁਰਦੁਆਰਾ ਸਾਹਿਬ ਸਟੂਡੈਂਟਸ ਨੂੰ ਬਹੁਤ ਹੈਲਪ ਕਰਦੇ ਨੇ, ਮਤਲਬ ਲਿਟਰਲੀ ਤੁਸੀਂ ਲੰਗਰ ਲਾ ਲਓ, ਜੋ ਵੀ ਟਾਈਮ ਨਹੀਂ ਮਿਲਦਾ ਹੈ ਨਾ, ਜਾਂ ਮੱਥਾ ਟੇਕਣਾ ਜਾਣਾ, ਤਾਂ ਉਹ ਵੀ ਇੱਕ ਵਧੀਆ ਚੀਜ਼ ਹੈ ਕਿ ਕਮਿਊਨਿਟੀ ਲਈ ਤੁਹਾਡੇ ਕੋਲ ਆਪਸ਼ਨਸ ਨੇ, ਕਿਉਂਕਿ ਆਪਾਂ ਕਾਫੀ ਦੂਰ ਆ ਘਰ ਤੋਂ, ਕਈ ਵਾਰੀ ਮਨ ਵੀ ਪਰੇਸ਼ਾਨ ਹੁੰਦਾ ਹੈ ਨਾ, ਤਾਂ ਫਿਰ ਆਪਣਾਪਨ ਲੱਗਦਾ ਉਹ ਚੀਜ਼ਾਂ, ਮਤਲਬ ਏਦਾਂ ਨਹੀਂ ਕਿ ਤੁਸੀਂ, ਮਤਲਬ ਆਪਣਾਪਨ ਵੀ ਹੈਗਾ ਉਸ ਸਿਟੀ ਦੇ ਵਿੱਚ, ਲੋਕ ਵੀ ਚੰਗੇ ਆ, ਸਾਰਾ ਕੁਛ ਮਤਲਬ ਹੈਲਪਫੁਲ ਵੀ ਆ ਉੱਥੇ ਲੋਕੀ। ਠੀਕ ਆ, ਔਰ ਇੱਥੇ ਗੁਰਦੁਆਰਾ ਸਾਹਿਬ ਦੀ ਇੱਕ ਗੱਲ ਕਵਰ ਕਰਦਾ, ਕਿਉਂਕਿ ਜਦੋਂ ਮੈਂ ਸਟੂਡੈਂਟ ਹੁੰਦਾ ਸੀ ਕਿਊਬੈਕ ਦੇ ਵਿੱਚ, ਸੋ ਮੰਡੇ ਟੂ ਸੈਟਰਡੇ ਹੀ ਕੰਮ ਕਰਦੇ ਹੁੰਦੇ ਸੀ, ਤੇ ਸੰਡੇ ਇੱਕ ਛੁੱਟੀ ਹੁੰਦੀ ਸੀ, ਸੋ ਮੰਡੇ ਟੂ ਫਰਾਈਡੇ ਰੋਟੀ ਬਣਾਉਣੀ ਘਰੇ ਰਾਤ ਨੂੰ, ਪਰ ਸੈਟਰਡੇ ਰਾਤ ਨੂੰ ਸੰਡੇ ਸਵੇਰੇ ਆਪਾਂ ਕਿਹੜਾ ਜਾਣਾ, ਤੇ ਸੈਟਰਡੇ ਰਾਤ ਨੂੰ ਅਸੀਂ ਗੁਰਦੁਆਰੇ ਖਾਂਦੇ। ਹਾਂ ਮਤਲਬ ਉੱਥੇ ਬਾਬਾ ਜੀ ਵੀ ਇੰਨੇ ਹੈਲਪਫੁਲ, ਮਤਲਬ ਉਹਦੇ ਜਾਣਨ ਹੀ ਲੱਗ ਗਏ ਸੀ ਸਟੂਡੈਂਟਸ ਦੇ ਧੱਕੇ ਨਾਲ, ਉਹਨਾਂ ਨੇ ਕਹਿਣਾ ਵੀ ਲੰਗਰ ਅਸੀਂ ਪੈਕ ਕਰ ਦਿੰਦੇ, ਬੱਚੇ ਤੁਸੀਂ ਲੈ ਜਾਓ, ਮਤਲਬ ਉੱਥੇ ਮਾਹੌਲ ਬਹੁਤ ਵਧੀਆ ਇਸ ਹਿਸਾਬ ਨਾਲ, ਕਾਫੀ ਸਪੋਰਟਿਵ ਇਨਵਾਇਰਮੈਂਟ। ਠੀਕ ਆ, ਤੇ ਉਸ ਤੋਂ ਬਾਅਦ ਕੌਨਸ ਦੇ ਵਿੱਚ ਇੱਕ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਗਾ, ਜੋ ਮੈਨੂੰ ਜੋ ਸੁਣਿਆ ਵਾ ਹਨਾ, ਹੁਣ ਮੈਂ ਪਰਸਨਲ ਐਕਸਪੀਰੀਅੰਸ ਨਹੀਂ ਕੀਤਾ, ਵੀ ਵੈਦਰ ਖਰਾਬ ਰਹਿੰਦਾ ਥੋੜਾ ਬਹੁਤ। ਹਾਂ ਵੀਰੇ ਮੈਂ ਪਤਾ ਮੈਂ ਰਹੀ ਆ, ਬਟ ਮੈਨੂੰ ਪਰਸਨਲੀ ਦੱਸਾਂ, ਮੈਂ ਨਹੀਂ ਕਹੂੰਗੀ ਵੀ ਇੰਨਾ ਜ਼ਿਆਦਾ ਖਰਾਬ ਆ, ਉਹ ਪਤਾ ਕੀ ਜਿਹੜਾ ਬੰਦਾ ਉੱਥੇ ਜਾਂਦਾ ਨਾ, ਉਹ ਫਿਰ ਥੋੜਾ ਜਿਹਾ ਵੀ ਕੁਛ ਹੁੰਦਾ ਨਾ, ਉਹ ਫਿਰ ਐਗਜ਼ੈਜਰੇਟ ਹੋ ਜਾਂਦੀਆਂ ਨੇ ਚੀਜ਼ਾਂ ਕਿ ਯਾਰ ਹੁਣ ਏਦਾਂ, ਤਾਂ ਹੁਣ ਜਿੱਦਾਂ BC ਦੇ ਵਿੱਚ ਗਰਮੀ ਪੈ ਗਈ ਇੱਕਦਮ ਹਨਾ, ਬਟ ਹਾਂ ਮੈਂ ਏਦਾਂ ਕਹੂੰਗੀ ਕਿ ਠੰਡ ਉੱਥੇ ਹੈਗੀ ਆ, ਬਟ ਏਦਾਂ ਨਹੀਂ ਹੈ ਕਿ ਯੂ ਵੋਂਟ ਬੀ ਏਬਲ ਟੂ ਸਰਵਾਈਵ। ਅਗਰ ਤੁਸੀਂ ਸਾਰੇ ਪ੍ਰੋਸ ਦੇਖੋ ਨਾ, ਤਾਂ ਠੰਡ ਏਡਾ ਵੱਡਾ ਫੈਕਟਰ ਨਹੀਂ ਹੈ ਉੱਥੇ, ਠੰਡ ਹੈਗੀ ਆ ਨੋ ਡਾਊਟ ਬਾਕੀ ਪ੍ਰੋਵਿੰਸ ਦੇ ਕੰਪੈਰੇਟਿਵਲੀ, ਜਿੱਦਾਂ ਬਾਕੀ ਪ੍ਰੋਵਿੰਸ ਦੇ ਵਿੱਚ 3 ਮਹੀਨੇ ਠੰਡ ਪੈਂਦੀ ਹੈ, ਜਿੱਦਾਂ ਦਸੰਬਰ ਜਨਵਰੀ ਫਰਵਰੀ, ਉੱਥੇ 5 ਮਹੀਨੇ ਪੈ ਜਾਂਦੀ ਹੈ ਹਨਾ, ਉੱਥੇ ਥੋੜੀ ਸਨੋ ਜ਼ਿਆਦਾ ਹੋ ਜਾਂਦੀ ਹੈ, ਬਟ ਹਾਂ ਉੱਥੇ ਡਰਾਈ ਆ ਸਾਰੀ ਚੀਜ਼ਾਂ, ਤਾਂ ਤੁਹਾਨੂੰ ਮਤਲਬ ਇੱਥੇ ਜਿਵੇਂ
ਮੈਂ ਕਿੱਦਾਂ ਕਹਾਂ ਕਿ ਜਿੱਦਾਂ ਚਿੱਕੜਗਾਰਾ ਜਿਹਾ ਨਹੀਂ ਹੋ ਜਾਂਦਾ, ਉਹ ਨਹੀਂ ਹੁੰਦਾ, ਬਹੁਤ ਡਰਾਈਨੈਸ ਆ ਉੱਥੇ ਤੇ ਬਟ ਸਨੋ ਕਰਕੇ ਥੋੜਾ ਡਰਾਈਵਿੰਗ ਦੇ ਵਿੱਚ ਇਹ ਹੁੰਦਾ ਕਿ ਨਾ ਉੱਥੇ ਸਿਟੀ ਇੰਨੀ ਜ਼ਿਆਦਾ ਸਨੋ ਪੈਂਦੀ ਕੋਈ ਕਲੀਨ ਵੀ ਨਹੀਂ ਕਰ ਪਾਉਂਦੇ, ਹਾਈਵੇ ਕਲੀਨ ਹੁੰਦੇ ਆ ਬਟ ਜਿਹੜੀ ਸਿਟੀ ਦੇ ਵਿੱਚ ਰੋਡਸ ਹੁੰਦੀਆਂ ਨੇ ਨਾ ਜਿੱਦਾਂ ਇੱਧਰ ਓਨਟਾਰੀਓ ਤੁਸੀਂ ਦੇਖਦੇ ਹੋ ਨਾਲ ਦੀ ਨਾਲ ਚੱਕ ਦਿੰਦੇ ਆ, ਰਾਤੀ ਆ ਜਾਂਦੇ ਨੇ ਗੱਡੀਆਂ, ਉੱਥੇ ਇੱਦਾਂ ਨਹੀਂ ਹੈਗਾ, ਉੱਥੇ ਇੰਨੀ ਜਲਦੀ ਕਲੀਨਿੰਗ ਨਹੀਂ ਹੁੰਦੀ, ਉਹ ਥੋੜਾ ਜਿਹਾ ਔਖਾ ਕਰਦੀ ਹੈ ਚੀਜ਼ ਤੇ। ਫਿਰ ਇਸ ਚੱਕਰ 'ਚ ਮੈਂ ਉਹਨੂੰ ਅਟਲਾਂਟਿਕ ਕੈਨੇਡਾ ਨਾਲ ਕੰਪੇਅਰ ਕਰ ਸਕਦਾ ਵਾਂ, ਕਿਉਂਕਿ ਸਨੋ ਇੱਥੇ ਵੀ ਨਾਰਮਲੀ ਬਾਕੀ ਕੈਨੇਡਾ ਜਿੰਨੀ ਪੈਂਦੀ ਆ, ਬਟ ਇੱਥੇ ਉਹੀ ਚੱਕਰ ਆਉਂਦਾ ਵੀ ਇੱਥੇ ਚੱਕਰ ਨਹੀਂ ਆਉਂਦੇ, ਉਹਦੇ ਕਰਕੇ ਫਿਰ ਉਹ ਉੱਤੇ ਗੱਡੀਆਂ ਲੰਘ ਲੰਘ ਕੇ ਉਤਰੇ ਗਾਰਾ ਜਾ ਬਣ ਜਾਂਦਾ, ਉਹ ਪੱਕਾ ਹੋ ਜਾਂਦੀ ਹੈ ਚੀਜ਼ ਤੇ, ਉਹ ਚੀਜ਼ ਥੋੜੀ ਜਿਹੀ ਹੈਗੀ ਵੈਦਰ, ਬਟ ਜਿੱਦਾਂ ਮੈਂ ਰਹਿ ਚੁੱਕੀ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਐਡਾ ਵੱਡਾ ਫੈਕਟਰ ਹੈ ਐਜ਼ ਕੰਪੇਅਰ ਟੂ ਜਿੰਨੇ ਵੀ ਫਾਇਦੇ ਨੇ, ਤਾਂ ਉਹ ਇੰਨੀ ਚੀਜ਼ ਉਹ ਨਹੀਂ ਹੈਗੀ। ਹਾਂਜੀ ਠੀਕ ਆ। ਸੋ ਜਿਹੜਾ ਹੁਣ ਆਪਾਂ ਮੇਨ ਜਿਹੜਾ ਮੋਟਾ ਮੋਟਾ ਓਵਰਵਿਊ ਲੈ ਲਈਏ ਵੀ ਜਿਹੜੇ ਆਪਣੇ ਪ੍ਰੋਜ ਆ, ਪ੍ਰੋਜ ਦੇ ਵਿੱਚ ਆਪਣੇ ਕੋਲ ਆਉਂਦਾ ਵਾ ਟੈਕਸ ਘੱਟ ਆ, ਉੱਥੇ ਸਿਰਫ 5% ਪੈਂਦਾ, ਉਸ ਤੋਂ ਬਾਅਦ ਤੁਹਾਡਾ ਲਿਵਿੰਗ ਐਕਸਪੈਂਸਿਸ ਘੱਟ ਆ ਵੀ ਰੈਂਟ ਜਾਂ ਗਰੋਸਰੀ, ਠੀਕ ਆ। ਸੋ ਬੱਸ ਪਾਸ ਆ ਜਿਹੜਾ ਉਹ ਓਨਟਾਰੀਓ ਦੇ ਕੰਪੈਰੀਟਿਵਲੀ ਸਸਤਾ ਵਾ, ਆਪਾਂ ਨੂੰ ਬੱਸ ਪਾਸ ਕਿੰਨੇ ਦਾ ਮਿਲਦਾ ਉੱਥੇ ਵੀਰੇ? ਤੁਹਾਨੂੰ ਪੈ ਜਾਊਗਾ ਜਿੱਦਾਂ ਓਨਟਾਰੀਓ ਵਿੱਚ $120 ਪੈਂਦੇ ਆ ਨਾ, ਉੱਥੇ ਤੁਹਾਨੂੰ 97 ਜਾਂ 90, ਮੈਨੂੰ ਐਗਜ਼ੈਕਟ ਨਹੀਂ ਯਾਦ, 97 ਸਮਥਿੰਗ ਸੈਂਟਸ ਵਗੈਰਾ ਹੈਗੀ ਆ, ਇੰਨਾ ਮਤਲਬ ਕਹਿ ਲਓ ਕਿ $100 ਤੋਂ ਘੱਟ ਘੱਟ ਹੀ ਆ, 90 to $100 ਦੇ ਵਿੱਚ ਆ। ਪਲੱਸ ਇੱਕ ਹੋਰ ਬੈਨੀਫਿਟ ਮੈਂ ਇੱਥੇ ਦੱਸਦਾ, ਜਿਹੜੇ ਸਟੂਡੈਂਟਸ ਆਉਂਦੇ ਨੇ ਨਾ ਤਾਂ ਉਹ ਲੋ ਇਨਕਮ ਬੱਸ ਪਾਸ ਬਣਵਾ ਸਕਦੇ ਨੇ, ਵੈਸੇ ਤਾਂ ਯੂਨੀਵਰਸਿਟੀ ਦੇ ਵਿੱਚ ਕਵਰ ਹੋ ਜਾਂਦਾ ਆ ਬੱਸ ਪਾਸ, ਹੈ ਨਾ, ਜੇ ਤੁਸੀਂ ਯੂਨੀਵਰਸਿਟੀ ਕਾਲਜ ਕਵਰ ਨਹੀਂ ਕਰਦਾ ਜਾਂ ਫਿਰ ਤੁਹਾਡੀ ਸਟੱਡੀ ਪੂਰੀ ਹੋ ਗਈ, ਹੁਣ ਤੁਸੀਂ ਬੱਸ ਪਾਸ ਨਹੀਂ ਮਤਲਬ ਯੂਨੀਵਰਸਿਟੀ ਤੋਂ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ, ਜੇ ਤੁਹਾਨੂੰ 1 ਸਾਲ ਹੋ ਗਿਆ ਰਹਿੰਦੇ ਹੋਏ ਕਿਸੇ ਵੀ ਪ੍ਰੋਵਿੰਸ 'ਚ, ਚਾਹੇ ਤੁਸੀਂ ਮੂਵ ਕਰ ਰਹੇ ਹੋ ਅਲਬਰਟਾ 'ਚ ਚਾਹੇ ਅਲਬਰਟਾ ਦੇ ਵਿੱਚ, ਉਹਨਾਂ ਨੂੰ ਤੁਸੀਂ ਆਪਣੀ ਇਨਕਮ ਟੈਕਸ ਜਿਹੜੀ NOA ਆਉਂਦੀ ਹੁੰਦੀ ਹੈ ਨਾ, ਨੋਟਿਸ ਆਫ ਅਸੈਸਮੈਂਟ, ਉਹ ਦਿਖਾਉਣੀ ਆ ਅਤੇ ਅਪਲਾਈ ਕਰਨਾ ਇੱਕ ਬੱਸ ਪਾਸ ਪ੍ਰੋਗਰਾਮ ਲਈ। ਉਹਦੇ ਵਿੱਚ ਤੁਹਾਨੂੰ ਮਤਲਬ ਇੱਦਾਂ ਹੁੰਦਾ ਕਿ ਜੇ ਤੁਹਾਡੀ ਜਿਹੜੀ ਈਅਰਲੀ ਇਨਕਮ ਆ ਕੁਛ ਜਿੱਦਾਂ 28,000 ਅਪਰੋਕਸੀਮੇਟਲੀ, ਉਹ ਤੋਂ ਘੱਟ ਆ ਤਾਂ ਤੁਸੀਂ ਉਹ ਬੱਸ ਪਾਸ ਅਪਲਾਈ ਕਰ ਸਕਦੇ ਹੋ, ਤੁਹਾਨੂੰ $35 'ਚ ਮਿਲ ਜਾਂਦਾ ਫਿਰ, ਮਤਲਬ ਆਲਮੋਸਟ 50-60% ਆਫ ਆ, ਉਸ ਤੋਂ ਵੀ ਜ਼ਿਆਦਾ ਹੀ ਆ। ਜਿੰਨਾ ਚਿਰ ਤੁਸੀਂ ਉਹ ਰਿਕੁਆਇਰਮੈਂਟ ਫੁਲਫਿਲ ਕਰਦੇ ਹੋ, ਜਿੰਨਾ ਚਿਰ ਤੁਹਾਡੀ ਸੈਲਰੀ ਉਸ ਰੇਂਜ ਚ ਰਹਿੰਦੀ ਹੈ ਉਨਾ ਚਿਰ ਤੁਹਾਨੂੰ ਮਿਲੂਗਾ। ਤੇ ਨਾਟ ਜਸਟ ਦਿਸ, ਤੁਹਾਨੂੰ ਹੋਰ ਵੀ ਬਹੁਤ ਆਪਸ਼ਨਸ ਨੇ, ਜਿੱਦਾਂ ਮੈਂ ਉਹ ਚੀਜ਼ ਮਿਸ ਕਰਦੀ ਆ, ਜਿੱਦਾਂ ਉੱਥੇ ਸਿਰਫ ਬੱਸ ਪਾਸ ਨਹੀਂ ਹੈਗਾ, ਉਹ ਲੋ ਇਨਕਮ ਪ੍ਰੋਗਰਾਮ ਆ, ਉਹਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ, ਜਿੱਦਾਂ ਜਿਮ ਵੀ ਫ੍ਰੀ ਆ ਉਸ ਚੀਜ਼ ਦੇ ਵਿੱਚ, ਤੁਸੀਂ ਜਿਮ ਜਾਂਦੇ ਹੋ, ਕਮਿਊਨਿਟੀ ਸੈਂਟਰ ਦੇ ਜਿਮ ਵਗੈਰਾ ਨੇ, ਸਵਿਮਿੰਗ ਪੂਲ ਨੇ, ਪੂਲ ਟੇਬਲ, ਕਾਫੀ ਜਿਹੜੀ ਲੈਜਰ ਐਕਟੀਵਿਟੀਜ਼ ਹੁੰਦੀਆਂ ਨੇ ਉਹ ਤੁਹਾਨੂੰ ਮਿਲਦੀਆਂ ਨੇ। ਠੀਕ ਆ, ਮਤਲਬ ਜਿਹੜਾ ਆਪਾਂ ਆਪਣੇ ਫ੍ਰੀ ਟਾਈਮ 'ਚ ਕਰਨਾ ਪਸੰਦ ਕਰਦੇ ਆ, ਤੁਸੀਂ ਸਵਿਮਿੰਗ ਜਾਂ ਲਾਇਬ੍ਰੇਰੀ ਜਾਣਾ ਜੇ ਕਿਸੇ ਨੇ ਪੜ੍ਹਨ ਲਈ, ਲਾਇਬ੍ਰੇਰੀ ਵੈਸੇ ਹੀ ਫ੍ਰੀ ਆ, ਲਾਇਬ੍ਰੇਰੀ ਉੱਥੇ ਇੰਨੀ ਵੱਡੀ ਲਾਇਬ੍ਰੇਰੀ ਆ, ਜਗ੍ਹਾ ਜਗ੍ਹਾ ਲਾਇਬ੍ਰੇਰੀ ਨੇ, ਮੈਨੂੰ ਸਭ ਤੋਂ ਬੈਸਟ ਚੀਜ਼ ਲੱਗੀ ਸੀ ਅਲਬਰਟਾ ਦੀ ਐਡਮਿੰਟਨ ਪਬਲਿਕ ਲਾਇਬ੍ਰੇਰੀ, ਇੱਕ ਤੁਸੀਂ ਪਾਸ ਬਣਵਾ ਲੈਣਾ, ਜਿੱਦਾਂ ਹੀ ਤੁਸੀਂ ਲੈਂਡ ਕਰਨਾ ਉਹਨਾਂ ਨੇ ਕੁਛ ਨਹੀਂ ਦੇਖਣਾ ਕਿ ਵੈਦਰ ਯੂ ਆਰ ਫੁੱਲ ਟਾਈਮ ਜੋਬ ਕਰ ਰਹੇ ਹੋ ਜਾਂ ਪਾਰਟ ਟਾਈਮ ਕਰ ਰਹੇ ਹੋ, ਬਸ ਤੁਹਾਡੇ ਕੋਲ ਵੈਲਿਡ ਪਰਮਿਟ ਹੋਣਾ ਚਾਹੀਦਾ, ਚਾਹੇ ਸਟੱਡੀ ਦਾ, ਚਾਹੇ ਵਰਕ ਦਾ, ਚਾਹੇ PR ਕੁਛ ਵੀ, ਤੁਸੀਂ ਜਾ ਕੇ ਲਾਇਬ੍ਰੇਰੀ ਕਾਰਡ ਬਣਾ ਲੈਣਾ, ਉੱਥੇ ਨੈੱਟ ਫ੍ਰੀ ਆ, ਲੈਪਟਾਪ ਮਤਲਬ ਤੁਹਾਨੂੰ ਮਿਲ ਜਾਂਦਾ ਉੱਥੇ, ਸਿਸਟਮ ਮਿਲ ਜਾਂਦਾ, ਫਿਰ ਮੂਵੀਜ਼, ਸੀਡੀਜ਼, ਬੁੱਕਸ, ਜਿੱਦਾਂ ਆਇਲਸ ਦੀਆਂ ਬੁੱਕਸ ਵਗੈਰਾ ਵੀ ਉੱਥੇ ਪਈਆਂ ਸੀ, ਮੈਂ ਉੱਥੋਂ ਦੇਖ ਕੇ ਪੜ੍ਹਦੀ ਹੁੰਦੀ ਸੀ, ਹਰ ਤਰ੍ਹਾਂ ਦੀਆਂ ਬੁੱਕਸ ਉੱਥੇ ਤੁਹਾਨੂੰ ਮਿਲਦੀਆਂ ਨੇ। ਓਕੇ ਠੀਕ ਆ। ਮੇਰੀ ਜੋਬ ਉੱਥੇ ਹੀ ਲੱਗ ਗਈ ਸੀਗੀ ਖੈਰ, ਬਟ ਮੇਰੀ ਕੰਪਨੀ ਦਾ ਜਿਹੜਾ ਹੈੱਡਕੁਆਰਟਰ ਸੀਗਾ ਉਹ ਇੱਥੇ ਸੀਗਾ R&D ਦਾ, ਤਾਂ ਮੈਨੂੰ ਲੈਬ 'ਚ ਇੱਥੇ ਆਉਣਾ ਪਿਆ, ਕਿਉਂਕਿ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਜਿਹੜੇ ਹੈੱਡਕੁਆਰਟਰ ਨੇ ਟੋਰਾਂਟੋ, ਮਿਸੀਸਾਗਾ, ਓਟਵਾ, ਇੱਦਾਂ ਨੇ, ਹੈ ਨਾ, ਤੇ ਉੱਥੇ IT ਦੀ ਜੋਬਸ ਕੰਪੈਰੇਟਿਵਲੀ ਘੱਟ ਨੇ ਆਹ ਪ੍ਰੋਵਿੰਸਿਸ ਨੂੰ, ਜੇ ਆਪਾਂ ਕੰਪੇਅਰ ਕਰੀਏ ਜਿੱਦਾਂ ਵੈਨਕੂਵਰ ਹੋ ਗਿਆ ਜਾਂ ਫਿਰ ਮਿਸੀਸਾਗਾ, ਟੋਰਾਂਟੋ ਹੋ ਗਿਆ, ਓਟਵਾ ਹੋ ਗਿਆ ਨਾ, ਤਾਂ ਉੱਥੇ IT ਸੈਕਟਰ ਕੰਪੈਰੇਟਿਵਲੀ ਘੱਟ ਆ, ਜਿੰਨੀ ਜੋਬਸ ਇੱਧਰ ਤੁਹਾਨੂੰ ਮਿਲ ਸਕਦੀਆਂ ਨੇ ਦੇਖਣਾ ਪੈਣਾ ਕਿ ਤੁਸੀਂ ਕਿਹੜੀ ਫੀਲਡ ਚੋ, ਜਿੱਦਾਂ ਮਕੈਨੀਕਲ ਜਾਂ ਨੈਨੀ ਜਾਂ ਇੱਦਾਂ ਦੀ ਜਿਹੜੀ ਫੀਲਡ ਨੇ ਉਧਰ ਹੈਗੀਆਂ ਨੇ, ਬਿਜ਼ਨਸ ਕਰਨਾ ਚਾਹੁੰਦੇ ਹੋ ਸਭ ਤੋਂ ਬੈਸਟ ਅਲਬਰਟਾ, ਕਿਉਂਕਿ ਟੈਕਸਿਸ ਘੱਟ ਨੇ। ਹਾਂਜੀ ਠੀਕ ਆ, ਸੋ ਮੇਨ ਤੁਹਾਡਾ ਮੂਵ ਕਰਨ ਦਾ ਕਾਰਨ ਇਹੀ ਸੀ ਵੀ ਜੌਬ, ਇਹੀ ਸੀਗਾ ਜੌਬ ਕਰਕੇ ਮੈਂ ਮੂਵ ਹੋਈ, ਕਿਉਂਕਿ ਮੈਨੂੰ ਉਹਨਾਂ ਨੇ ਟ੍ਰਾਂਸਫਰ ਹੀ ਕੀਤਾ ਇੱਥੇ, ਕਿਉਂਕਿ ਸਾਡੀ ਲੈਬ ਇੱਥੇ ਸੀ। ਠੀਕ ਆ,
ਸੋ ਜਿਹੜੀ ਆ ਹੁਣ ਆਪਣੀ ਸਭ ਤੋਂ ਮੇਨ ਗੱਲ ਹੁੰਦੀ ਵੀ ਬੰਦੇ ਨੇ ਅੱਗੇ ਪੀਆਰ ਪਾਉਣੀ ਜਿਹੜਾ ਸਟੂਡੈਂਟ ਆਇਆ ਜਾਂ ਵਰਕ ਪਰਮਿਟ ਆਇਆ, ਹਾਂਜੀ, ਸੋ ਉੱਥੇ ਪੀਆਰ ਦਾ ਕੀ ਸੀ ਨਾ, ਪੀਆਰ ਕਿਸ ਤਰ੍ਹਾਂ ਉੱਥੇ ਦੇਣਾ? ਪੀਆਰ ਈਜ਼ੀ ਹੋ ਜਾਂਦੀ ਆ ਤੇ ਸਸਤੀ ਵੀ ਆ ਮੈਂ ਕਹਾਂ, ਕਿਉਂਕਿ ਜਿੱਦਾਂ ਤੁਸੀਂ ਓਨਟਾਰੀਓ ਦੀ ਗੱਲ ਕਰਦੇ ਹੋ, ਉਹ INP ਵਗੈਰਾ ਇੱਥੇ ਮੈਨੂੰ ਲੱਗਦਾ ਪੈਸੇ ਲੈਂਦੇ ਆ ਇਹ ਪ੍ਰੋਵਿੰਸ ਵਾਲੇ $1500, ਜਿਹੜੀ AINP ਆ ਉੱਥੇ ਅਲਬਰਟਾ ਇਮੀਗ੍ਰੇਸ਼ਨ ਨਾਮਨੀ ਪ੍ਰੋਗਰਾਮ, ਉਹ ਫ੍ਰੀ ਆ, ਮਤਲਬ ਜਦੋਂ ਤੁਹਾਨੂੰ ਇਨਵਾਈਟ ਆਊਗਾ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ, ਉਹ ਫ੍ਰੀ ਆ ਤੁਹਾਨੂੰ, ਚਾਹੇ ਤੁਹਾਨੂੰ ਐਕਸਪ੍ਰੈਸ ਐਂਟਰੀ ਤਾਂ ਵੈਸੇ ਹੀ ਫ੍ਰੀ ਆ ਤੇ AINP ਵੀ ਫ੍ਰੀ ਆ, ਇੱਕ ਪਹਿਲਾ ਪੁਆਇੰਟ ਇਹ ਆ। ਦੂਜਾ ਪੁਆਇੰਟ ਇਹ ਕਿ ਉੱਥੇ ਸਿਰਫ 6 ਮਹੀਨੇ ਜੋਬ ਕਰਕੇ ਨਾ ਤੁਸੀਂ ਫੁੱਲ ਟਾਈਮ NOC-B ਦੀ ਤੇ ਫਿਰ ਤੁਸੀਂ ਫਾਈਲ ਲਾ ਸਕਦੇ ਹੋ ਆਪਣੀ, ਤੇ ਇਹ ਕੰਪੈਰੇਟਿਵਲੀ ਛੇਤੀ ਹੋ ਜਾਂਦੀ ਆ। ਮਤਲਬ AINP ਚ ਮੈਨੂੰ ਨਹੀਂ ਲੱਗਦਾ ਕਿ 6 ਮਹੀਨੇ ਦਾ ਕੋਈ ਜਾਂ ਸਾਲ ਦਾ ਕੋਈ ਰੂਲ ਹੈ ਨਹੀਂ ਇੱਥੇ ਓਨਟਾਰੀਓ ਦੇ ਵਿੱਚ, ਉੱਥੇ ਸਿਰਫ 6 ਮਹੀਨੇ ਤੁਸੀਂ NOC-B ਚ ਜੋਬ ਕਰੋ ਤੇ ਫਾਈਲ ਲਾ ਲਓ, ਉਹ ਹੋ ਜਾਂਦਾ। ਬਟ ਇੱਕ ਜਿੱਦਾਂ ਮੈਂ ਸੁਣਿਆ ਆ, ਕਿਉਂਕਿ ਮੈਂ ਉਦਾਂ ਫਾਈਲ ਨਹੀਂ ਲਾਈ ਹੈਗੀ, ਬਟ ਜਿਹਨਾਂ ਨੇ ਲਾਈ ਹੈ AINP, ਮੈਂ ਸੁਣਿਆ ਕਿ ਥੋੜਾ ਟਾਈਮ ਲੱਗਦਾ, ਬਾਕੀ ਕੇਸ ਟੂ ਕੇਸ ਵੀ ਡਿਪੈਂਡ ਕਰਦਾ ਆ, ਬਟ ਈਜ਼ੀ ਆ PR ਕੰਪੈਰੇਟਿਵਲੀ, ਕਿਉਂਕਿ 6 ਮਹੀਨੇ ਹੀ ਤੁਸੀਂ ਲਾਣੀ ਹੈਗੀ, ਬਸ ਆਪਣੀ NOC-B ਦੀ ਜੋਬ ਲੈ ਲਓ ਤੇ ਫਾਈਲ ਲਾ ਲਓ। ਠੀਕ ਆ, ਮਤਲਬ ਜਿਹੜੇ ਉੱਥੇ ਆਪਾਂ ਜਿਹੜੇ ਡਾਇਰੈਕਟ ਸਟੂਡੈਂਟ ਆਉਂਦੇ ਆ ਉੱਥੇ, ਉਹਨਾਂ ਨੇ ਸਟੱਡੀ ਕੰਪਲੀਟ ਕੀਤੀ, ਉਸ ਤੋਂ ਬਾਅਦ 6 ਮਹੀਨੇ ਜੋਬ ਕੀਤੀ ਤੇ ਤੁਹਾਡੀ AINP ਜਿਹੜੀ ਉਹ ਚ ਫਾਈਲ ਲੱਗ ਜਾਏਗੀ। ਹਾਂਜੀ ਹਾਂਜੀ, ਬਾਕੀ ਜਿਹੜੀ ਗੱਲ ਹੁੰਦੀ ਪ੍ਰੋਸੈਸਿੰਗ ਟਾਈਮ ਦੀ, ਉਹ ਤੇ ਮੈਂ ਸਮਝਦਾ ਵੀ ਕਿਸਮਤ ਤੇ ਡਿਪੈਂਡ ਕਰਦਾ। ਹਾਂਜੀ, ਕਿਉਂਕਿ ਹੁਣ ਜਿਹੜਾ ਮੇਰਾ ਵਰਕ ਪਰਮਿਟ ਆਇਆ ਵਾ, ਆਪਣੀ ਕਲਾਸ ਦੇ ਵਿੱਚ ਸਭ ਤੋਂ ਲਾਸਟ ਤੇ ਮੈਂ ਅਪਲਾਈ ਕੀਤਾ, ਮੇਰੇ ਤੋਂ ਪਹਿਲਾਂ ਸਾਰਿਆਂ ਨੇ ਅਪਲਾਈ ਕਰਤਾ ਇਹ। ਹਾਂਜੀ, ਠੀਕ ਆ, ਸੋ ਮੇਰਾ ਸਭ ਤੋਂ ਪਹਿਲਾਂ ਆ ਗਿਆ, ਹਜੇ ਕਿਸੇ ਦਾ ਨਹੀਂ ਆਇਆ। ਨੁਕਸਾਨ ਕੀ ਆ, ਨੁਕਸਾਨ ਤੇ ਖੈਰ ਇੱਕ ਦੋ ਹੀ ਆ, ਸੋ ਫਾਇਦੇ ਬਹੁਤ ਨੇ ਅਲਬਰਟਾ ਐਜ਼ ਅ ਸਟੂਡੈਂਟ ਆਉਣ ਦੇ, ਕਿਉਂਕਿ ਮੇਰੇ 2-3 ਕਲਾਸਮੇਟ ਤਾਂ ਇੰਡੀਆ ਤੋਂ ਸਿੱਧਾ ਅਲਬਰਟਾ ਹੀ ਆਏ ਆ, ਉਹ ਵਧੀਆ ਉਹਨਾਂ ਦੀ ਸਟੱਡੀ ਹੋ ਗਈ, ਹੁਣ ਵਰਕ ਪਰਮਿਟ ਤੇ ਆ ਉਹ ਵੀ। ਹਾਂਜੀ, ਇੱਕ ਚੀਜ਼ ਹੋਰ ਮੈਂ ਇੱਥੇ ਦੱਸਦਾ ਕਿ ਜਦੋਂ ਆਪਾਂ ਹੁੰਦੇ ਸੀ ਅਲਬਰਟਾ, ਉਦੋਂ ਕਾਫੀ ਸਟੂਡੈਂਟਸ ਮੂਵ ਵੀ ਕਰਦੇ ਸੀਗੇ, ਮਤਲਬ ਟੋਰਾਂਟੋ ਤੋਂ ਇੰਨੇ ਬੱਚੇ ਮੂਵ ਕਰਦੇ ਸੀਗੇ, ਮੇਰੇ ਨਾਲ ਕੁੜੀਆਂ ਮੈਨੂੰ ਮਿਲੀਆਂ ਸੀ ਕਾਫੀ, ਉਹ ਟੋਰਾਂਟੋ ਤੋਂ ਮੂਵ ਹੋਈਆਂ ਸੀ ਜਸਟ ਫਾਰ PR, ਕਿਉਂਕਿ ਉਧਰ ਮਿਲਦੀ ਨਹੀਂ ਸੀ, ਫਿਰ ਇੱਧਰ ਮੂਵ ਕਰਦੇ ਸੀ। ਬਟ ਫਿਰ ਅਲਬਰਟਾ ਨੇ ਏਦਾਂ ਕੀਤਾ ਕਿ ਇੱਕ ਰੂਲ ਜਿਹਾ ਚੇਂਜ ਕੀਤਾ ਸੀ, ਆਈ ਐਮ ਨੋਟ ਸ਼ੋਰ ਕਿ ਹੁਣ ਉਹ ਰੂਲ ਹੈਗਾ ਕਿ ਨਹੀਂ, 2017 ਚ ਉਹਨਾਂ ਨੇ ਰੂਲ ਪਾਸ ਕੀਤਾ ਸੀ ਵੀ ਜਿਹੜੇ ਵੀ ਆਊਟ ਆਫ ਪ੍ਰੋਵਿੰਸ ਮੂਵ ਕਰਨਗੇ ਉਹ ਐਲੀਜੀਬਲ ਨਹੀਂ ਹੋਣਗੇ AINP ਲਈ, ਏਦਾਂ ਕੁਛ ਰੂਲ ਜਿਹਾ ਕੱਢਿਆ ਸੀਗਾ, ਫਿਰ ਬਾਕੀ ਮੂਵ ਕੀਤੇ ਬੱਚੇ ਫਿਰ। ਇਹ ਰੂਲ ਹਜੇ ਵੀ ਹੈਗਾ ਵਾ, ਕਿਉਂਕਿ ਮੈਨੂੰ ਯਾਦ ਆ ਜਿਸ ਦਿਨ ਇਹ ਰੂਲ ਚੇਂਜ ਹੋਇਆ ਨਾ, ਮੇਰਾ ਇੱਕ ਸੀਨੀਅਰ ਆ, ਮੇਰੇ ਸਕੂਲ ਸੀਨੀਅਰ ਹੁੰਦਾ ਸੀ, ਤੋ ਮੈਨੂੰ ਉਹ ਦੱਸਦਾ ਹੁੰਦਾ ਵਾ ਜਿਸ ਦਿਨ ਉਹ ਓਨਟਾਰੀਓ ਤੋਂ ਅਲਬਰਟਾ ਮੂਵ ਕਰਨ ਲੱਗਾ, ਠੀਕ ਆ, ਉਹ ਆਪਣੇ ਬ੍ਰੈਂਪਟਨ ਤੋਂ ਘਰੋਂ ਬੈਗ ਪੈਕ ਕਰਕੇ ਨਿਕਲਿਆ, ਹਾਈਵੇ ਤੇ ਚੜਿਆ, ਠੀਕ ਆ, ਜਿਸ ਤਰ੍ਹਾਂ ਹੀ ਥੰਡਰ ਬੇ ਦੇ ਲਾਗੇ ਪਹੁੰਚਿਆ ਤੇ ਉਹਨੂੰ ਅਲਬਰਟਾ ਤੋਂ ਦੋਸਤ ਦਾ ਫੋਨ ਆਉਂਦਾ ਵੀ ਨਿਕਲ ਗਿਆ ਜਾਂ ਨਹੀਂ ਨਿਕਲਿਆ ਹੈ ਨਾ, ਤੇ ਉਹ ਆਉਂਦਾ ਵੀ ਮੈਂ ਰੋਡ ਤੇ ਆ, ਇਸ ਤਰ੍ਹਾਂ ਦਾ ਪਹਿਲਾਂ ਗੱਡੀ ਸਾਈਡ ਤੇ ਲਾ ਤੇ ਮੈਨੂੰ ਇੱਕ ਫੋਟੋ ਭੇਜੀ ਆ ਉਹ ਵੇਖ, ਉਹਨੇ ਨਾ ਉਹ ਸਾਰੀ ਨਿਊਜ਼ ਪੜੀ ਵੀ ਰੂਲਸ ਚੇਂਜ ਹੋ ਗਏ, ਤੇ ਉਹ ਵਿਚਾਰਾ ਫਿਰ ਉੱਥੋਂ ਵਾਪਸ ਆ ਗਿਆ। ਹਾਂ, ਤੇ ਕਾਫੀ ਬੱਚੇ ਵਾਪਸ ਗਏ ਸੀਗੇ ਉਦੋਂ, ਕਿਉਂਕਿ ਉਦੋਂ ਕਾਫੀ ਜਿਹੜੇ ਉਦੋਂ ਆਉਂਦੇ, ਹੁਣ ਉਹਨਾਂ ਉਹ ਕਰਦਾ ਵਾ ਵੀ ਜਾਂ ਤੇ ਜੇ ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਕਰਦੇ ਜੇ ਫਿਰ ਤੁਹਾਨੂੰ LMIA ਲੈਣੀ ਪੈਂਦੀ ਆ, ਹਾਂਜੀ, ਤੇ ਜੇ ਤੁਸੀਂ ਉੱਥੇ ਸਟੱਡੀ ਕੀਤੀ ਆ ਫਿਰ ਤੁਹਾਡੀ ਆ ਜਿਹੜਾ AINP ਆ ਇਹਦੇ ਵਿੱਚ ਲਾ ਸਕਦੇ ਹੋ। ਹਾਂਜੀ ਹਾਂਜੀ, ਤਾਂ ਮੈਂ ਇਹ ਸੁਜੈਸਟ ਕਰਦੀ ਹਾਂ ਵੀ ਜੇ ਤੁਹਾਨੂੰ ਆਪਣੀ ਫੀਲਡ ਦਾ ਕੋਰਸ ਮਿਲਦਾ, ਉੱਥੇ ਕਾਫੀ ਵਧੀਆ ਵਧੀਆ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਜੇ ਤੁਸੀਂ ਲੌਂਗ ਟਰਮ ਸੋਚ ਕੇ ਚੱਲ ਰਹੇ ਹੋ ਕਿ ਮੈਂ ਜਲਦੀ PR ਹੋਣਾ ਆ, ਮੈਂ ਤਾਂ ਫਿਰ ਉਹ ਦੇਖ ਸਕਦੇ ਹੋ। ਬਟ ਅਗੇਨ ਜੇ ਤੁਹਾਡੀ ਫੀਲਡ ਜਿੱਦਾਂ IT ਵਗੈਰਾ ਆ, ਤਾਂ ਫਿਰ ਤੁਸੀਂ ਇਹ ਵੀ ਪ੍ਰਿਪੇਅਰ ਰਹੋ ਕਿ ਉੱਥੇ ਤੁਹਾਨੂੰ ਆਪਸ਼ਨਸ ਘੱਟ ਮਿਲਣਗੀਆਂ ਥੋੜੀਆਂ ਜਿਹੀਆਂ ਐਜ਼ ਕੰਪੇਅਰ ਟੂ, ਬਟ ਜੇ ਤੁਸੀਂ ਰੈਡੀ ਹੋ ਦੈਨ ਇਟਸ ਓਕੇ, ਕਿਉਂਕਿ ਇਨੀਸ਼ੀਅਲ ਸਟਰਗਲ ਸਟੂਡੈਂਟ ਨੂੰ 2 ਸਾਲ ਸਰਵਾਈਵ ਕਰਨਾ ਹੁੰਦਾ, ਜਿਹੜਾ ਕਿ ਉੱਥੇ ਈਜ਼ੀ ਆ ਕਿਉਂਕਿ ਉਹ ਅਫੋਰਡੇਬਲ ਆ। ਠੀਕ ਆ, ਸੋ ਮੈਂ ਅੱਜ ਦੀ ਵੀਡੀਓ ਆਪਣੀ ਇੱਥੇ ਐਂਡ ਕਰਦੇ ਹਾਂ ਜੀ, ਤੇ ਇਹ ਸਾਰੀ ਸੀ ਆਪਣੀ ਅੱਜ ਦੀ ਵੀਡੀਓ ਵੀ ਅਲਬਰਟਾ ਦੇ ਵਿੱਚ ਐਡਮੰਟਨ ਤੇ ਕੈਲਗਰੀ ਜਿਹੜੇ 2 ਮੇਨ ਸ਼ਹਿਰ ਆ, ਉੱਥੇ ਰਹਿਣ ਦੇ ਫਾਇਦੇ ਕੀ ਆ ਤੇ ਨੁਕਸਾਨ ਕੀ ਆ। ਠੀਕ ਆ, ਸੋ ਜੇ ਤੁਹਾਡਾ ਅਲਬਰਟਾ ਤੇ ਜਾਂ ਦੀਦੀ ਹੁਣ ਓਟਵਾ ਰਹਿੰਦੇ ਆ, ਸੋ ਜੇ ਓਟਵਾ ਓਨਟਾਰੀਓ ਦੇ ਰਿਗਾਰਡਿੰਗ ਕੋਈ ਤੁਹਾਡਾ ਕੁਐਸਚਨ ਹੋਇਆ, ਠੀਕ ਆ, ਸੋ ਇਹਨਾਂ ਦਾ ਚੈਨਲ ਆ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਵਾ, ਤੇ ਇੰਸਟਾਗ੍ਰਾਮ ID ਵੀ ਦੀਦੀ ਲਿੰਕ 'ਚ, ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ, ਜੇ ਤੁਹਾਡਾ ਕੋਈ ਕੁਐਸਚਨ ਹੈਗਾ ਵਾ ਤੁਸੀਂ ਦੀਦੀ ਨੂੰ ਪੁੱਛ ਸਕਦੇ ਸਿੱਧਾ, ਤੇ ਇਹਨਾਂ ਦਾ ਚੈਨਲ ਵੀ ਜਾ ਕੇ ਸਬਸਕ੍ਰਾਈਬ ਕਰਿਓ, ਜਿਹੜਾ ਉੱਥੇ ਆਪਣਾ ਅਲਬਰਟਾ ਦੇ ਰਿਗਾਰਡਿੰਗ ਤੇ ਅੰਟਾਰੀਓ ਦੇ ਰਿਗਾਰਡਿੰਗ ਵੀਡੀਓ ਪਾਉਂਦੇ ਰਹਿੰਦੇ ਆ। ਸੋ ਇਹ ਸੀ ਆਪਣੀ ਅੱਜ ਦੀ ਵੀਡੀਓ, ਮਿਲਦੇ ਆਪਾਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।